ਖੜਾ ਹੋ ਜਾ ਚੰਗੀ ਚੰਗੀ ਪੱਤ ਨਾ। ਜੇ ਨਾ ਖੜਾ ਹੋਇਆ ਫਿਰ ਕੀ ਕਰ ਦੇਂਗੀ? ਖੜਾ ਹੋ ਜਾ। ਲੈ ਹੋ ਗਿਆ ਖੜਾ। ਨਾ ਮੈਂ ਤੈਨੂੰ ਐ ਦੱਸਦੀ ਹੈਗੀ, ਹਾਂ ਮੈਸਾਂ ਦਾ ਬਾਗਲ ਚ ਬੰਨੀਆਂ ਪੰਗਾ ਸੀ ਤੇ ਤੂੰ ਮੈਨੂੰ ਚੱਕਰਾਂ ਚ ਉਹੀ ਪਾਤਾ ਆ ਕਿ ਜਾ ਉੱਥੇ ਟੋਬੇ ਤੇ ਵਗ ਜਾ ਕੇ ਮੱਝਾਂ ਉੱਥੋਂ ਕੱਢ ਲਿਆ ਜਾ ਕੇ ਤੇ ਮੈਸਾਂ ਦਾ ਬਾਗਲ ਚ ਖੜਗਾ ਸੀ ਤੂੰ। ਓਹੋ ਉਹ ਮੈਨੂੰ ਉਹਦਾ ਚੱਕਰੀ ਬਾਲਾ ਆ ਗਿਆ, ਬੰਨ ਕੇ ਤਾਂ ਮੈਂ ਮੱਝਾਂ ਨੂੰ ਆਇਆ ਸੀ ਪਰ ਮੇਰੇ ਦਿਮਾਗ ਨੇ ਕੰਮ ਹੀ ਨਹੀਂ ਕਰਿਆ, ਬਸ ਉਹ ਘੁੰਮਣ ਘੇਰੀ ਬਾਲੀ ਲੱਗ ਗਈ ਸੀ ਨਾ, ਮੈਨੂੰ ਤਾਂ ਐ ਰਿਹਾ ਕਿਤੇ ਟੋਬੇ ਚ ਹੀ ਬੈਠੀਆਂ ਨੇ, ਉਹ ਮੈਂ ਬੰਨ ਤੇ ਸੀ ਮੇਰੇ ਯਾਦ ਆ ਗਿਆ। ਪਰ ਮੇਰੀ ਭਕਾਈ ਤੂੰ ਟੋਬੇ ਤੇ ਕਿਉਂ ਕਰਾਈ? ਮੈਂ ਉੱਥੇ ਮੁੜਕੋ ਮੁੜਕੀ ਤੇ ਮੈਂ ਮਰਨ ਵਾਲੀ ਹੋ ਗਈ, ਮਸਾਂ ਡਿੱਗੀ ਘਰੇ ਆ ਕੇ। ਉਹ ਫਿਰ ਮੈਨੂੰ ਵੀ ਚੱਕਰ ਆ ਗਿਆ, ਜਦੋਂ ਸੁਖਪਾਲ ਨਾਲ ਚੱਕਰ ਚੱਲ ਗਿਆ ਤਾਂ ਚੱਲ ਗਿਆ, ਬਸ ਉੱਥੇ ਫਿਰ ਮੈਨੂੰ ਚੱਕਰ ਚੱਲ ਗਿਆ। ਅੱਛਾ ਸੁਖਪਾਲ ਦੇ ਚੱਕਰਾਂ 'ਚ ਫਿਰਦਾ ਹੁਣ ਤੂੰ? ਉਹ ਬਸ ਚੱਕਰ ਚੜ ਗਿਆ ਦਿਮਾਗ ਤੇ, ਫਿਰ ਮੁੜ ਕੇ ਮੈਨੂੰ ਤਾਂ ਪਤਾ ਹੀ ਲੱਗਾ ਮੈਂ ਇੱਛਾ ਘਰੇ ਬੰਨਤੀਆਂ ਕਿ ਕੀ ਕਰਤਾ, ਮੈਨੂੰ ਤਾਂ ਇਹੀ ਲੱਗਿਆ ਵੀ ਟੋਬੇ 'ਚ ਹੀ ਬੈਠੀਆਂ ਨੇ। ਅੱਛਾ ਤੂੰ ਜਿਉਣ ਜੱਗ ਦੇ ਚੱਕਰਾਂ 'ਚ ਤੁਰਿਆ ਫਿਰਦਾਂਗਾ? ਲੈ ਜਿਉਣ ਜੱਗ ਤਾਂ ਕਰਨਾ ਹੀ ਆ ਭਾਗਵਾਨ ਨੇ, ਉਹ ਤਾਂ ਤੂੰ ਚੀ ਕਰ ਮੀ ਕਰ, ਉਹ ਤਾਂ ਮੈਂ ਮਨਾ ਕੇ ਹਟੂ ਭਾਵੇਂ ਦੁਨੀਆ ਇੱਧਰ ਦੀ ਇੱਧਰ ਹੋ ਜੇ, ਨਾਲੇ ਵੀ ਮਨਾਉਣਾ ਵੀ ਮੈਂ ਸੁਖਪਾਲ ਨਾਲ, ਉਹਦੀ ਰਾਏ ਤੋਂ ਬਿਨਾਂ ਮੈਂ ਇੱਕ ਚੀਜ਼ ਵੀ ਨਹੀਂ ਲੈ ਕੇ ਆਉਣੀ। ਹੋਰ ਦੱਸ ਹੁਣ ਤੂੰ ਕੀ ਕਹਿਨੀ ਆ? ਅੱਛਾ ਕਿ ਜਾਉਣ ਜੱਗ ਤਾਂ ਮੈਂ ਉਸ ਸੁਖਪਾਲ ਨਾਲ ਹੀ ਕਰਨਾਗਾ ਕਿ ਤੂੰ ਜਿਵੇਂ ਮਰਜ਼ੀ ਕਰਦੀ ਫਿਰ। ਹਾਂ ਠੀਕ ਹੈ ਨਾ, ਨਾਲੇ ਸੁਖਪਾਲ ਨਾਲੇ ਤੂੰ ਕਿਤੇ ਹੋਰ ਨਾ ਮੈਂ ਤੇ ਖੁੰਡਿਆਂ ਦੀ ਤੈਅ ਕਰਾ ਲਿਓ। ਉਹ ਭਗਵਾਨ ਨੇ ਕਿਉਂ ਐਵੇਂ ਹੋ ਤਾਂ ਤੜਫਦੀ ਆ, ਤੇਰੀ ਭੈਣ ਹੈ ਫਿਰ ਵੀ। ਮੇਰੀ ਭੈਣ ਹੁਣ ਕੋਈ ਨਹੀਂ ਗੀ, ਉਹ ਤੇਰੀ ਭੈਣ ਜਿਹੜਾ ਬੰਦਾ ਘਰ ਨੂੰ ਦਾਤੀ ਪਾਵੇ ਉਹ ਭੈਣ ਹੁੰਦੀ ਹੈਗੀ। ਲੈ ਦੱਸ ਉਹ ਕਿਤੇ ਵੇਲੇ ਕਵੇਲੇ ਲੀੜੇ ਕੱਪੜੇ ਧੋਗੀ ਤਾਂ ਮਤਲਬ ਉਹ ਤਰ੍ਹਾਂ ਨੁਕਸਾਨ ਕਰਗੀ? ਨੁਕਸਾਨ ਕਰਗੀ 10,000 ਦਾ ਨੁਕਸਾਨ ਕਰਗੀ। ਉਹ ਕੋਈ ਨਹੀਂ, ਉਹ ਤਾਂ ਆਪਾਂ ਊਂ ਵੀ ਦੇ ਦਿੰਦੇ ਵੀ ਚੱਲ ਕੋਈ ਗੱਲ ਨਹੀਂ, ਤੇਰੀ ਛੋਟੀ ਭੈਣ ਹੈ ਫਿਰ ਵੀ, ਨਾਲੇ ਮੇਰੀ ਸਾਲੀ ਹੈ ਫਿਰ। ਇੰਨਾ ਤਾਂ ਹੱਥ ਸਾਲੀ ਤੇਰੀ ਸਾਲੀ ਹੈ ਕਿ ਮੇਰੀ ਨਹੀਂ ਕੁਝ ਲੱਗਦੀ ਕਿ ਉਹ। ਚੱਲ ਕੋਈ ਨਹੀਂ ਕੋਈ ਨਹੀਂ, ਹੂੰ ਠੰਡੀ ਤਾਂ ਹੋ ਗਈ ਹੁਣ ਤੂੰ ਮਾੜਾ ਜਾ। ਉਹ ਠੰਡੀ ਹੋ ਗਈ, ਮੈਂ ਕੋਈ ਠੰਡੀ ਨਹੀਂ ਹੋਏਗੀ ਜੇ ਤੂੰ ਤੇ ਮਨ ਚ ਆਇਆ ਹੋਊਗਾ ਵੀ ਐ ਕਹੀ ਕਿ ਮੈਂ ਬਰਿਆਲੀ ਜਾ ਇਹ ਵੀ ਸ਼ਾਂਤ ਹੋ ਗਈ। ਫਿਰ ਮੇਰੇ ਜਉਣ ਜੱਗ ਨਹੀਂ ਤੂੰ ਅਟਕਾ ਸਕਦੀ, ਇਹ ਤਾਂ ਤੇਰੇ ਜਉਣ ਜੱਗ ਮੈਂ ਕਰਨੀ ਨਹੀਂ ਦਿੰਦੀ। ਤੂੰ ਤਾਂ ਕਢਾ ਕੇ ਤੇ ਲਿਆ ਤਾ ਨਾ ਜੇ ਨਾਲੇ ਸੁਖਪਾਲ ਨੂੰ ਨਾਲੇ ਤੈਨੂੰ ਜੇ ਨਾ ਬਿੱਠਣਾ ਬਾਬਾ ਭੱਜੋਂ ਤਾਂ ਦੋਨੇ ਜਣੇ ਲਹਾਦ ਹੋ ਗਈ। ਉਹ ਮੈਂ ਕਰਤਾਰੇ ਦੀਆਂ ਗੱਲਾਂ ਸੁਣ ਸੁਣ ਕੇ ਵੀ ਹੈਰਾਨ ਹੋ ਗਿਆ, ਉਹਨੇ ਵੀ ਮੈਨੂੰ ਇਹੀ ਗੱਲ ਕਹੀ, ਕਹਿੰਦਾ ਮੈਂ ਜਉਣ ਜੱਗ ਕੀਤਾ ਤਾਂ ਅਸੀਂ ਦੋਨਾਂ ਜੀਆਂ ਨੇ ਕੀਤਾ ਸੀ। ਆ ਨਿਕਲਿਆ ਨਾ ਪੜੋ, ਕਰਤਾਰਾ ਸੱਚਾ ਬੋਲਦਾਗਾ ਵੀ ਦੋਨੇ ਜੀਆਂ ਨੇ ਰਾਏ ਨਾ ਕਰਿਆਗਾ ਤੇ ਤੂੰ ਲੈਣਾ ਸੁਰਪਾਲ ਦੀਆਂ ਰਾਇਆ। ਉਹ ਚੰਦ ਕੁਰੇ ਰਾਇ ਤਾਂ ਮੈਂ ਤੇਰੀ ਵੀ ਰਾਇ ਲੈਣਾ, ਪਰ ਤੂੰ ਜਦੋਂ ਰਾਇ ਕਰਦੀ ਹੋਈ ਨਹੀਂ ਮੇਰੇ ਨਾਲ, ਹਾਰ ਕੇ ਮੈਨੂੰ ਤਾਂ ਸੁਖਪਾਲ ਨਾਲ ਰਾਇ ਕਰਨੀ ਪੈਂਦੀ ਹੈ, ਨਾਲੇ ਇਹ ਤਾਂ ਮੈਂ ਮਥੇ ਹੀ ਹੈ ਵੀ ਜੇ ਚੱਲ ਵਿਆਹ ਤਾਂ ਮੇਰਾ ਸੁਖਪਾਲ ਨਹੀਂ ਹੋਣਾ ਸੀ, ਚੱਲ ਹੋਣ ਵਾਲਾ ਤਾਂ ਉਹ ਤਾਂ ਹੋ ਗਿਆ ਜਿਹੜਾ ਹੋਣਾ ਸੀ, ਮੇਰੇ ਇੱਕ ਮਨ 'ਚ ਹੋਰ ਵੀ ਹੈ ਜਿਹੜੀ ਉਹ ਮੂਵੀ ਬਣਾਉਂਦੇ ਹੁੰਦੇ ਨੇ ਵੀ ਉਹ ਬਣ ਜੂਗੀ, ਚੱਲ ਵਿਆਹ ਵੇਲੇ ਨਹੀਂ ਬਣੀ ਤੇ ਹੁਣ ਮੇਰੇ ਜਿਉਣ ਜੱਗ ਤੇ ਬਣ ਜੂਗੀ, ਮੈਂ ਤਾਂ ਸੁਖਪਾਲ ਨਾਲ ਮੂੰਗੀ ਬਣਾਉਣੀ ਹੈ, ਮੂੰਗੀ ਭਗਵਾਨ ਨੇ, ਬਸ ਆਹੀ ਗੱਲ ਹੈ। ਸੁਖਪਾਲ ਮਾਸੀ ਨੇ ਸੁਨੇਹਾ ਲਾਇਆ ਸੀਗਾ ਵੀ ਚੰਦ ਕੌਰ ਅੰਬੋ ਨੂੰ ਮੇਰਾ ਸੁਨੇਹਾ ਲਾ ਦੀ ਭਾਈ ਤੇਰੀ ਭੈਣ ਤੈਨੂੰ ਯਾਦ ਕਰਦੀ ਹੈ, ਕਿਤੇ ਜਾਣਾ ਹੋਣਾ ਇਹਨਾਂ ਨੇ ਇਕੱਠੀਆਂ ਹੋ ਕੇ। ਚਲੋ ਉਹ ਤਾਂ ਠੀਕ ਆ, ਨਾਲੇ ਮੈਂ ਮੂੰ ਨਹੀਂ ਲੜਦੀ ਹੈਗੀ, ਜਦੋਂ ਮੈਂ ਸੁਣੀ ਲਿਆ ਵੀ ਮੇਰੇ ਬਾਰੇ ਕੀ ਬੋਲਦੀਆਂ ਨੇ ਨਾ ਮੈਂ ਕਿਉਂ ਲੜੂੰਗੀ ਉਹਨਾਂ ਨਾਲ? ਉਹ ਤੇਰਾ ਪਤੀ ਨਹੀਂ, ਤੂੰ ਵੀ ਉਹਨਾਂ ਵਰਗੀ ਆ। ਉਹ ਨਹੀਂ ਬਾਬਾ ਗੁਰੂ ਨਹੀਂ ਲੜਦੀ, ਬਸ ਮੈਂ ਆ ਗਈ 10 ਮਿੰਟ 'ਚ। ਚੱਲ ਛੇਤੀ ਆ ਜੀ। ਠੀਕ ਹੈ ਜੀ। ਨਾ ਇਹ ਗੱਲ ਥੋੜੀ ਹੈਗੀ, ਇਹੀ ਗੱਲ ਆ ਗਈ ਤੇਰੀਆਂ ਮੂੰਗੀਆਂ ਮੰਗੀਆਂ ਕਿਤੇ ਮੈਂ ਹੋਰ ਨਾ ਰੋਲ ਜਾ ਉੱਤੇ
ਤੇ ਆਪਦੀ ਚੰਗੀ ਚੰਗੀ ਪੱਤ ਨਾਲ ਆਰਾਮਦਾਰੀ ਨਾਲ ਘਰੇ ਬਹਿ ਜਾ, ਗਰਮੀ ਦਾ ਮਹੀਨਾ ਗਾ, ਕਿਤੇ ਹੋਰ ਨਾ ਮੈਂ ਤੇਰੇ ਜਿਉਣ ਜੱਗ ਕਰਦਾ। ਚੰਦ ਕੁਰੇ ਮੈਂ ਵੀ ਤੈਨੂੰ ਇਹੀ ਕਹਿਣਾ ਵੀ ਤੂੰ ਚੁੱਪ ਕਰਕੇ ਨਾ, ਜਿਵੇਂ ਮੈਂ ਕਰਦਾ ਉਵੇਂ ਮੈਨੂੰ ਕਰ ਲੈਣ ਦੇ। ਹੁਣ ਆਪਣਾ ਆਖਰੀ ਸਮਾਂ, ਨਾਲੇ ਤੂੰ ਲੜਦੀ ਹੈ ਨਾਲੇ ਮੈਂ ਲੜਦਾ, ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ। ਦੇਖ ਤੂੰ ਜਦੋਂ ਸੁਰ ਨਾਲ ਬਹਿੰਦੀ ਨਹੀਂ ਨਾ, ਇਸੇ ਕਰਕੇ ਸੁਖਪਾਲ ਨੂੰ ਯਾਦ ਕਰਦਾ ਮੈਂ। ਹੋਰ ਸੁਖਪਾਲ ਨੂੰ ਯਾਦ ਕਰਦਾ ਕਿ ਸੁਖਪਾਲ ਨੂੰ ਤੂੰ ਘਰੇ ਵੜ ਕੇ ਦਿਖਾਈ, ਤੇ ਨਾਲੇ ਸੁਖਪਾਲ ਨਾਲੇ ਤੂੰ ਕਿਤੇ ਛੋਟੀਆਂ ਰਾਇਆ ਕਿਤੇ ਸੰਨਾ ਜੀ ਨਾ ਤੁਰੂੰਗਾ ਫਿਰ ਨਾ। ਮੈਨੂੰ ਕਿਹਾ ਵੀ ਪਰਵਾਹ ਨਾ, ਕਰਨਾ ਕੀ ਹੈ। ਉਹ ਵੀ ਸੁਖਪਾਲ ਵੀ ਚਾਹੁੰਦੀ ਸੀ ਵੀ ਮੈਂ ਬਿੱਕਰ ਸਿਓ ਨਾਲ ਵਿਆਹ ਕਰਾਵਾਂ, ਵਿੱਚ ਫਾਨਾ ਵੜ ਕੇ ਬਹਿ ਗਈ ਤੂੰ। ਅੱਛਾ ਬਿੱਕਰ ਸੇ ਆ ਗਿਆ ਤੀਜ ਦਾ ਚੰਦ, ਕਾਹਨੂੰ ਤੇਰੇ ਵਰਗੇ ਕਿਤੇ ਬੰਦੇ ਹੈਗੇ ਹੈਗੇ, ਪਹਾੜ ਤੇ ਚੜ੍ਹਾਈ ਫਿਰਦੀ ਹੈਗੀ ਬਿੱਕਰ ਸੇ ਬਿੱਕਰ ਸੇ। ਆਹੀ ਤਾਂ ਮੈਨੂੰ ਦੁੱਖ ਮਾਰਦਾ, ਤੂੰ ਤਾਂ ਮੇਰੀ ਬੇਇੱਜ਼ਤੀ ਕਰਦੀ ਹੈ, ਉਹਨੇ ਮੈਨੂੰ ਪਹਾੜ ਤੇ ਤਾਂ ਚੜਾਤਾ ਬਿੱਕਰ ਸਿਆਂ ਕਹਿ ਕੇ। ਅੱਛਾ ਤੈਨੂੰ ਉਹਨੇ ਪਹਾੜ ਤੇ ਚੜਾਤਾ, ਕਿਤੇ ਲੋਟਣੀਆਂ ਨਾ ਖਾਂਦਾ ਮੈਂ ਪਹਾੜ ਤੋਂ ਚੜਾਤਾ ਇਹਨੂੰ ਪਹਾੜ ਤੇ। ਉਹ ਚੰਗਾ ਭਾਗਵਾਨ ਨੇ, ਮੈਨੂੰ ਤਾਂ ਨਾ ਰਿਕਾਰਡਿੰਗਾਂ ਸੁਣ ਕੇ ਜਮਾਂ ਯਕੀਨ ਨਹੀਂ ਹੁੰਦਾ ਕਿ ਅੰਬੋ ਕੁੜੀ ਮੇਰੇ ਨਾਲ ਵੀ ਐਂ ਕਰ ਸਕਦੀਆਂ ਨੇ। ਛਾਵੇਂ 'ਤੇ ਖੜਦਾ, ਥੱਕ ਗਈ ਮੈਂ ਤਾਂ ਇੰਨੀ ਦੂਰ ਆਉਂਦੀ। ਮੈਨੂੰ ਜਮਾਂ ਯਕੀਨ ਨਹੀਂ ਹੁੰਦਾ ਵੀ ਅੰਬੋ ਐਂ ਕਹਿ ਸਕਦੀ ਹੈ ਮੇਰੇ ਬਾਰੇ। ਮੈਂ ਤਾਂ ਅੰਬੋ ਦਾ ਇੰਨਾ ਮੋਹ ਕਰਦੀ ਤੀ, ਅੰਬੋ ਨੇ ਤਾਂ ਜਮੀ ਮੈਨੂੰ ਕੱਚੇ ਚਲਾ ਤਾ। ਸਹੀ ਗੱਲ ਅੰਬਰਤ ਦੀ, ਤਾਂ ਮੈਂ ਲੜ ਕੇ ਲੈਣਾ ਵੀ ਕੀ ਅੰਬੋ ਨਾਲ, ਜਿਵੇਂ ਆਪ ਗੁੱਜੀਆਂ ਚੱਲਦੀਆਂ ਨੇ ਮੈਂ ਵੀ ਗੁੱਜੀਓ ਚੱਲਿਆ ਕਰੂੰ। ਨਾਲੇ ਅੰਮ੍ਰਿਤ ਨੂੰ ਹੁਣ ਮੈਂ ਕੀ ਦੱਸਦੀ ਵੀ ਮੈਨੂੰ ਸੁਖਪਾਲ ਮਾਸੀ ਨੇ ਸੁਨੇਹਾ ਅੰਬੋ ਨੂੰ ਲਾਉਣ ਨੂੰ ਨਹੀਂ ਕਿਹਾ, ਬਾਬਾ ਜੀ ਨੂੰ ਲਾਉਣ ਨੂੰ ਕਿਹਾ। ਕੋਈ ਗੱਲ ਨਹੀਂ ਅੰਬੋ, ਤੂੰ ਵੀ ਹੁਣ ਯਾਦ ਰੱਖੀ, ਤੁਸੀਂ ਕੀ ਕਹਿੰਦੀਆਂ ਸੀ ਵੀ ਮੈਂ ਅੰਮ੍ਰਿਤ ਨੂੰ ਵੇਚ ਕੇ ਪਕੌੜੇ ਖਾ ਜੂੰ। ਅੰਮ੍ਰਿਤ ਨੂੰ ਤਾਂ ਭਾਵੇਂ ਵੇਚਾਂ ਨਾ ਵੇਚਾਂ, ਪਰ ਤੁਹਾਨੂੰ ਤਿੰਨੇ ਜਣਿਆਂ ਨੂੰ ਵੇਚ ਕੇ ਪਕੌੜੇ ਜ਼ਰੂਰ ਖਾ ਲੂੰ ਮੈਂ। ਤੂੰ ਦੇਖਦੀ ਜਾ, ਤੁਸੀਂ ਮੇਰਾ ਘਰ ਪੱਟਣ 'ਤੇ ਤੁਰੀਆਂ ਸੀ ਨਾ, ਹੁਣ ਆਪਦਾ ਘਰ ਕਿਵੇਂ ਬਚਾਏਂਗੀ ਉਹ ਤੂੰ ਹੀ ਸੋਚੀ। ਮੈਂ ਵੀ ਫਿਰ ਹੁਣ ਸੁਖਪਾਲ ਮਾਸੀ ਦੇ ਨਾਲ ਹੀ ਹਾਂ ਅਤੇ ਬਾਬਾ ਜੀ ਦੇ, ਮੈਂ ਵੀ ਦੇਖਦੀ ਹਾਂ ਵੀ ਇਹ ਜਿਉਣ ਜੱਗ ਹੋਣ ਤੋਂ ਕੌਣ ਰੋਕਦਾ, ਨਾਲੇ ਤੁਸੀਂ ਲਾ ਲਿਓ ਜਿਹੜਾ ਜ਼ੋਰ ਤੁਹਾਡੇ ਤੋਂ ਲੱਗਦਾ ਹੈ। ਅੱਖਾਂ ਖੜ ਗਿਆ ਉਹ ਪਤੰਦਰਾਂ ਮੌਕੇ 'ਤੇ, ਤੂੰ ਵੀ ਖੜ ਗਿਆ। ਉਹ ਇਹਨੇ ਤਾਂ ਖੜਨਾ ਹੀ ਆ ਬਿੱਕਰ ਸਿਆਂ, ਜਦੋਂ ਲਾਈਟ ਭੱਜ ਗਈ ਤਾਂ ਐਂ ਕਰ ਬਾਹਰ ਫਿਰ ਡੇਕ ਥੱਲੇ ਬਹਿੰਦੇ ਹਾਂ, ਇਹਦਾ ਕੀ ਪਤਾ ਹੁਣ ਘੰਟਾ ਆਊਗੀ ਕਿ ਨਾ ਆਊਗੀ। ਚੱਲ ਇਹ ਵੀ ਦਮ ਲੈ ਲੂ ਬਿੰਦ, ਚੰਗਾ ਉੱਥੇ ਬਹਿਣੇ ਡੇਕ ਥੱਲੇ। ਉਹ ਬੈਠੇ ਬਾਬਾ ਜੀ ਹੈ ਮਨਪ੍ਰੀਤ, ਪੈਰੀ ਪੈਣੀ ਆ ਬਾਬਾ ਜੀ। ਜਿਉਂਦੀ ਰਹਿ ਭਾਈ, ਜਿਉਂਦੀ ਰਹਿ ਮਨਪ੍ਰੀਤ, ਠੀਕ ਹੈ? ਮੈਂ ਤਾਂ ਠੀਕ ਹਾਂ। ਹਾਂ ਤੁਸੀਂ ਦੱਸੋ? ਠੀਕ ਹੈ ਠੀਕ ਹੈ ਭਾਈ। ਆ ਗਈ ਤੂੰ ਉੱਥੋਂ ਪਿੰਡੋਂ ਜਾ ਕੇ? ਮੈਂ ਤਾਂ ਜਾਇਆ ਹੀ ਬਾਬਾ ਜੀ। ਅੱਛਾ ਅੱਛਾ, ਉਹ ਤਾਂ ਨਾ ਮੈਂ ਮੇਰੀ ਮੰਮੀ ਦਾ ਪਤਾ ਜਿਹਾ ਲੈਣ ਗਈ ਸੀ, ਆ ਗਰਮੀ ਦੀ ਕਰਕੇ ਨਾ ਬਿਮਾਰ ਹੋ ਗਈ ਸੀ ਥੋੜੀ ਜੀ। ਅੱਛਾ ਅੱਛਾ, ਹਾਂ ਜੀ। ਕੀ ਹੋ ਗਿਆ ਸੀ ਭਾਈ ਇਹ ਜਾ? ਆਹਾ ਕਹਿੰਦੇ ਆ ਸੈੱਲ ਸੁੱਲ ਜੇ ਵੱਧ ਘਟ ਜਾਂਦੇ ਨੇ ਜਿਹੜੇ। ਓਹੋ ਚੱਲੀ ਹੋਈ ਆ ਬਿਮਾਰੀ ਹੋਰੀ। ਹਾਂ ਮੈਂ ਤਾਂ ਇੱਕ ਦਿਨ ਦਾ ਕਹਿ ਕੇ ਗਈ ਸੀ, ਲੱਗ ਮੇਰੇ ਤਾਂ 4 ਦਿਨ ਗਏ। ਠੀਕ ਹੈ ਹੁਣ ਠੀਕ ਹੈ ਤੇਰੀ ਮਾਂ? ਹਾਂ ਹੁਣ ਤਾਂ ਠੀਕ ਹੈ ਜੀ। ਚੱਲ ਚੰਗਾ ਚੰਗਾ। ਆ ਤੁਸੀਂ ਕਿਵੇਂ ਅੱਜ ਇਕੱਲੇ ਹੀ ਬੈਠੇ ਹੋ? ਓ ਭਾਈ ਮੈਂ ਤਾਂ ਇਕੱਲਾ ਬੈਠਾ ਜਿਵੇਂ ਬੈਠਾ, ਤੂੰ ਮੈਨੂੰ ਐਂ ਦੱਸ ਵੀ ਤੂੰ 4 ਕੁ ਦਿਨ ਇੱਥੇ ਰਹਿੰਦੀ ਹੈ, ਫਿਰ ਤੂੰ ਰੁਸ ਕੇ ਵਗ ਜਾਂਦੀ ਹੈ। ਮੈਂ ਤਾਂ ਸੁਣਿਆ ਤੂੰ ਰੁਸ ਕੇ ਗਈ ਹੈ, ਤੂੰ ਕਹਿੰਦੀ ਮੈਂ ਮੇਰੀ ਮਾਂ ਦਾ ਪਤਾ ਲੈਣ ਗਈ ਸੀ। ਓਹੋ ਬਾਬਾ ਜੀ, ਰੁੱਸ ਕੇ ਕਾਹਨੂੰ ਗਈ ਆ? ਆ ਅੰਬੋ ਵੀ ਮੈਨੂੰ ਐਂ ਕਹਿ ਰਹੀ ਸੀ, ਰਾਸਤੇ 'ਚ ਮਿਲੀ ਸੀ ਮੈਨੂੰ,
ਮਿਲ ਗਈ ਤੈਨੂੰ? ਛੱਪੜ ਤੇ ਖੜੀ ਸੀ। ਅੱਛਾ ਅੱਛਾ, ਹੋਰ ਮੈਨੂੰ ਕਹਿੰਦੀ ਤੂੰ ਰੁੱਸ ਕੇ ਵਗ ਜਾਂਦੀ ਆ ਰੋਜ਼ ਹੀ। ਉਹਦਾ ਮੈਂ ਗੱਲ ਸੁਣੀ ਸੀ ਵੀ ਤੂੰ ਰੁੱਸ ਕੇ ਗਈ ਐ। ਉਹ ਤਾਂ ਅਮਰਤ ਨੇ ਝੂਠ ਮਾਰਿਆ ਸੀ। ਅੱਛਾ, ਅੰਬੋ ਹੁਣਾਂ ਨੂੰ, ਉਹਨਾਂ ਨੇ ਗੱਲਾਂ ਸੁਣਨ ਦੇ ਮਾਰੇ ਨੇ। ਅੱਛਾ ਅੱਛਾ, ਉਹ ਤੁਹਾਨੂੰ ਪਤਾ ਤਾਂ ਹੈਗਾ ਇਹ ਤਿੰਨੇ ਜਣੀਆਂ ਇਕੱਠੀਆਂ ਹੋ ਕੇ ਮੇਰੀਆਂ ਵੱਡਵੀਆਂ ਕਰਨ ਵਗ ਗਈਆਂ ਅਮਰਤ ਕੋਲੇ ਆ ਗੱਲ ਸੁਣ ਕੇ। ਅੱਛਾ ਅੱਛਾ, ਉਹਨੇ ਅੱਗੋਂ ਝਾੜ ਪਾਤੀ ਨਾਲੇ ਉਹਨੇ ਜਿੰਨਾ ਕੁਛ ਬਾਬਾ ਜੀ ਮੇਰੇ ਬਾਰੇ ਬੋਲੀਆਂ ਉਹਨੇ ਸਾਰੀ ਰਿਕਾਰਡਿੰਗ ਕਰਕੇ ਮੈਨੂੰ ਅੱਜ ਸੁਣਾਈ ਹੈ। ਕਹਿੰਦਾ ਦੇਖ ਲੈ ਤੇਰੇ ਬਾਰੇ ਕੀ ਬੋਲਦੀਆਂ ਨੇ। ਬਸ ਇਹ ਤਾਂ ਤੁਹਾਡਾ ਘਰ ਚਾਰਾਂ ਦਾ ਸੁਭਾਅ ਹੈ ਤੇ ਚਾਰੇ ਤੁਸੀਂ ਉਧਰੋਂ ਉਧਰ ਇੱਕ ਦੂਜੇ ਦੇ ਕਰਦੇ ਰਹਿੰਦੇ ਹੋ। ਇਹ ਤੇਰੀਆਂ ਉਹਦੇ ਕੋਲੇ, ਉਹਦੀਆਂ ਤੇਰੇ ਕੋਲੇ, ਬਸ ਇਹ ਤਾਂ ਤੁਹਾਡਾ ਚੱਲਦਾ ਹੀ ਰਹਿੰਦਾ ਹੈ। ਇੱਕ ਦੂਜੇ ਦੇ ਕਰਦੀਆਂ ਰਹਿੰਦੀਆਂ। ਓਹ ਬਾਬਾ ਜੀ ਤੁਸੀਂ ਤਾਂ ਉਹੀ ਮੇਰੇ ਮਗਰ ਪੈ ਗਏ। ਮੈਂ ਤਾਂ ਤੁਹਾਡੇ ਵਾਸਤੇ ਕੋਈ ਸੁੱਖ ਦਾ ਸੁਨੇਹਾ ਲੈ ਕੇ ਆਈ ਸੀ। ਮੇਰੇ ਵਾਸਤੇ? ਹਾਂਜੀ। ਅੱਛਾ ਅੱਛਾ, ਚੱਲ ਭਾਈ ਦੱਸ ਭਾਈ ਫਿਰ ਕੀ ਸੁੱਖ ਸੁਨੇਹਾ ਭਾਈ? ਖੈਰ ਸੁੱਖ ਹੈ? ਅੰਬੋ ਤਾਂ ਨਹੀਂ ਹੈਗੀ ਘਰੇ। ਚੱਲ ਜੇ ਹੋਊਗੀ ਤਾਂ ਕੀ ਆ ਭਾਈ, ਉਹ ਚੱਲ ਉਹ ਘਰੀ ਆ ਉਹ ਤਾਂ ਕੀ ਗੱਲ ਇਹ ਜਾਂ ਕਿਹਦਾ ਕੰਮ ਆ ਭਾਈ? ਉਹ ਤਾਂ ਸੁਖਪਾਲ ਮਾਸੀ ਨੇ ਤੁਹਾਨੂੰ ਸੁਨੇਹਾ ਲਾਇਆ। ਸੁਖਪਾਲ? ਚੱਲ ਨਹੀਂ ਬੋਲੋ, ਹੌਲੀ ਸੁਣ ਲੋਗੇ ਅੰਬੋ। ਹੋ ਚੰਗਾ ਭਾਈ ਬੋਲ, ਮੈਂ ਤਾਂ ਤੈਨੂੰ ਵੀ ਕਹਿਣ ਲੱਗਾ ਪਰ ਮੈਨੂੰ ਸੁਖ ਦਾ ਸਾਹ ਆਇਆ ਜਦੋਂ ਸੁਖਪਾਲ ਦਾ ਨਾਂ ਆ ਗਿਆ। ਅੱਛਾ ਕੀ ਕਹਦਾ ਭਾਈ ਤੈਨੂੰ ਫਿਰ? ਓਹੋ ਬਾਬਾ ਜੀ, ਜਿਹਦੇ ਨਾਮ 'ਚ ਸੁੱਖ ਹੋਊ ਉਹਦਾ ਨਾਂ ਸੁਣ ਕੇ ਸੁੱਖ ਦਾ ਸਾਹ ਕਿਉਂ ਨਹੀਂ ਆਉ ਭਲਾ? ਹਾਂ ਫਿਰ ਐ ਦੱਸ ਕਿਰਾ ਫਟਾਫਟ ਕਿਹਾ ਕੀ ਉਹਨੇ? ਆ ਫੋਨ ਤੁਸੀਂ ਤਾਂ ਕਹਿੰਦੇ ਸੀ ਮੈਂ ਕਿਸ ਤਰ੍ਹਾਂ ਦੇ ਲਿਆ। ਹਾਂ ਉਹ ਕਹਿੰਦੀ ਮੈਂ ਭੇਜਿਆ ਤੇਰੇ ਬਾਬੇ ਨੂੰ। ਦੱਸਤਾ ਤੈਨੂੰ? ਬਸ ਇੰਨਾ ਕੀ ਹਾਲ ਮਾ ਉਹਦਾ? ਮੇਰੇ ਤੋਂ ਕੋਈ ਗੱਲ ਲੁਕੀ ਰਹਿੰਦੀ ਆ? ਨਾਲੇ ਜੇ ਸੁਨੇਹਾ ਵੀ ਲਾਉ ਹੋਰ ਕਿਹਦੇ ਹੱਥ ਲਾਉ? ਮੇਰੇ ਹੱਥ ਹੀ ਲਾਉ। ਚੱਲ ਕੋਈ ਨਹੀਂ, ਹੁਣ ਤੂੰ ਸੁਨੇਹਾ ਤਾਂ ਦੱਸ ਕੁਛ ਕਿਹਾ ਹੋਰ। ਅੱਛਾ ਚੱਲ ਫੇਰ ਤਾਂ ਆ ਫੋਨ ਤੁਸੀਂ ਬੰਦ ਕਰੀ ਬੈਠੇ ਹੋ। ਕਾਹਨੂੰ ਕਰਿਆ ਭਾਈ? ਫਿਰ ਮੈਨੂੰ ਪਤਾ ਵੀ ਨਹੀਂ ਵੀ ਉਹਦਾ ਨੰਬਰ ਕਿਵੇਂ ਆ। ਮੈਂ ਤਾਂ ਰੋਜ਼ ਮੱਥਾ ਮਾਰਦਾ, ਚੱਕ ਦੂ ਹੀ ਨਹੀਂ ਦੁਸ਼ਮਣ। ਆ ਤਾਂ ਤੁਸੀਂ ਆ ਜਹਾਜ਼ਾਂ ਲਾਈ ਬੈਠੇ ਹੋ ਇਹਦੇ ਤੇ। ਅੱਛਾ ਅੱਛਾ, ਤਾਂ ਹੀ ਨਹੀਂ ਲੱਗਦਾ ਹੈ। ਹਾਂ ਹੱਦ ਹੋ ਗਈ। ਗੱਲ ਸੁਣ ਭਾਈ, ਚੱਲ ਆ ਮੋਬਾਈਲ ਬਾਰੇ ਤੈਨੂੰ ਤੈਨੂੰ ਤਾਂ ਦੱਸਤਾ ਸੁਖਪਾਲ ਨੇ, ਚੰਦੋ ਕੋਲੇ ਨਾ ਦੱਸ ਬੈਠੀ ਕਿਤੇ? ਉਹ ਕਾਹਨੂੰ ਦੱਸਦੀ ਆ? ਮੈਂ ਨਹੀਂ ਦੱਸਦੀ ਉਹਨੂੰ, ਨਾਲੇ ਹੁਣ ਮੈਂ ਅੰਬਰ ਦੇ ਮੱਥੇ ਲੱਗਣਾ ਹੀ ਨਹੀਂ। ਅੱਛਾ ਕੀ ਗੱਲ, ਗੁੱਸੇ ਹੋ ਗਈ? ਬਸ ਪੁੱਛੋ ਹੀ ਨਾ, ਆ ਗੱਲ ਤਾਂ ਤੁਸੀਂ ਪੁੱਛਿਆ ਨਾ ਕਰੋ, ਇਹ ਸਾਡੀ ਪ੍ਰਾਈਵੇਟ ਗੱਲ ਹੈ। ਅੱਛਾ ਚੰਗਾ ਭਾਈ, ਮੈਨੂੰ ਤਾਂ ਕੀ ਲੋੜ ਹੈ? ਨਾਲੇ ਤੁਸੀਂ ਇਹ ਨੰਬਰ ਹੀ ਗਲਤ ਲਾਈ ਜਾਂਦੇ ਹੋ, ਤੁਸੀਂ ਤਾਂ ਨੰਬਰ ਹੀ ਕੰਪਨੀ ਵਾਲਿਆਂ ਦਾ ਲਾਈ ਜਾਂਦੇ ਹੋ। ਅੱਛਾ ਹੋਰ ਫਿਰ ਮੇਰੇ ਤੇ ਕਿਹੜਾ ਯਾਦ ਰਿਹਾ ਫਿਰ? ਤਾਂ ਹੀ ਮੈਂ ਆਖਿਆ ਚੱਕਦੀ ਕਿਉਂ ਨਹੀਂ ਸੁਖਪਾਲ। ਆ ਮੈਂ ਹੁਣ ਮਾਸੀ ਦੇ ਨੰਬਰ ਸੇਵ ਕਰਤਾ। ਚੰਗਾ ਤੇ ਫੋਨ ਆਇਆ ਕਰੂ ਤੇ ਚੱਕ ਲਿਆ ਕਰਿਓ। ਮੈਂ ਤਾਂ ਹੁਣੀ ਲਾਉਂ ਠਹਿਰ ਕੇ ਹੀ, ਇਹ ਤਾਂ ਚੰਗਾ ਹੋ ਗਿਆ। ਲੈ ਮੈਂ ਉਹਦੇ ਤੇ ਗੁੱਸੇ ਹੋਈ ਜਾਂਦਾ ਵੀ ਚੱਕਦੀ ਕਿਉਂ ਨਹੀਂ, ਚੱਕਦੀ ਕਿਉਂ ਨਹੀਂ। ਉਹਦਾ ਆਪ ਗੁੱਸੇ ਹੋਈ ਬੈਠੀ ਸੀ, ਕਹਿੰਦੀ ਮੈਨੂੰ ਲਾ ਕੇ ਜਿਉਣ ਜੱਗ ਦਾ ਲਾਰਾ, ਕਹਿੰਦਾ ਆਪਾਂ ਕਰਾਂਗੇ ਫੋਟੋ ਸ਼ੂਟ ਜਿਹਾ, ਤੇ ਕਹਿੰਦੀ ਮੁੜ ਕੇ ਕਹਿੰਦੀ ਮੇਰੀ ਜਾਤ ਵੀ ਨਹੀਂ ਪੁੱਛੀ। ਉਹ ਬਸ ਫਿਰ ਫੋਨ 'ਚ ਉਲਝ ਗਏ। ਚੱਲ ਮੈਂ ਹੁਣ ਫੋਨ ਕਰ ਲੂੰਗਾ ਤਾਂ ਸਾਵਾਸ਼ੇ ਭਾਈ, ਤੂੰ ਬਹੁਤ ਵਧੀਆ ਕੰਮ ਕਰਤਾ ਪਰ ਲੜ ਕੇ ਜਾਇਆ ਨਾ ਕਰ ਭਾਈ। ਬਾਬਾ ਜੀ ਤੁਹਾਨੂੰ ਦੱਸ ਰਹੀ ਆ ਮੈਂ ਕਾਹਨੂੰ ਲੜ ਕੇ ਗਈ ਆ, ਮੈਂ ਤਾਂ ਉਹੀ ਬੱਗੀ ਦੀ ਉਹਦੀ ਮਾਂ ਦਾ ਪਤਾ ਲੈਣਾ। ਚੱਲ ਤੇ ਨਾਲੇ ਆਹ ਤੁਸੀਂ ਆਹ ਜਉਣ ਜੱਗ ਦਾ ਹੱਲ ਕਰੋਗੇ ਕਿਵੇਂ? ਅੰਬੋ ਦਾ 24 ਘੰਟੇ ਘਰੇ ਬੜੀ ਰਹਿੰਦੀ ਹੈ। ਹਾਂ ਆ ਦੇਖ ਹੁਣ ਤੂੰ ਫੋਨ ਦੇਤਾ, ਹੁਣ ਮੇਰਾ ਸਾਰਾ ਕਾਰਜ ਸ਼ੁੱਧ ਹੋ ਜੂ। ਮੈਂ ਤਾਂ ਉਡੀਕਦਾ ਸੀ ਉਹਨੂੰ ਕਿੱਦਾਂ ਦਾ ਵੀ ਚੱਲ ਫੋਨ ਤਾਂ ਨਹੀਂ ਚੱਕਦੀ, ਆਪ ਤਾਂ ਆ ਜਾ ਮਰ ਜਾ, ਆਪ ਵੀ ਨਹੀਂ ਆਉਂਦੀ ਫੋਨ ਵੀ ਨਹੀਂ ਚੱਕਦੀ। ਆਪ ਤਾਂ ਨਹੀਂ ਆਉਂਦੀ ਅੰਬੋ ਤੋਂ ਡਰਦੀ, ਆ ਗੱਲ ਤਾਂ ਪੈ ਜਾਂਦੀ ਅੰਬੋ ਮਿੰਟ ਜੀ ਦੀ। ਹੋਰ ਹੁਣ ਜਉਣ ਜੱਗ ਤਾਂ ਮੈਂ ਸੁਖਪਾਲ ਦੇ ਰਾਹੀਂ ਕਰਨਾ, ਦੇਖਦੀ ਜਾ ਭਾਈ। ਇਹ ਤਾਂ ਹੈ ਬਾਬਾ ਜੀ, ਨਾਲੇ ਸਾਲੀਆਂ ਨਾਲ ਹੀ ਸੋਭਾ ਹੁੰਦਾ। ਉਹ ਨਾਲੇ ਫਿਰ ਤੇਰੀ ਅੰਬੋ ਵੀ ਨਹੀਂ ਨਾ ਗੱਲਬਾਤ ਕਰਦੀ, ਇਹ ਤਾਂ ਲੜਨ ਬਹਿ ਜਾਂਦੀ ਹੈ, ਜਲੂਸ ਕੱਢਦੀ ਹੈ, ਤੇ ਉਹ ਕੋਲੇ ਬਹਿ ਕੇ ਗੱਲਾਂ ਬਾਤਾਂ ਵੀ ਕਰਦੀ ਹੈ, ਰਾਏ ਵੀ ਦਿੰਦੀ ਹੈ, ਉਹ ਤਾਂ ਸਿੱਧੇ ਰਾਹ ਪਾਉਂਦੀ ਹੈ। ਹਾਂ ਤਾਂ ਗੱਲ ਥੋੜੀ ਸਹੀ ਹੈ ਬਾਬਾ ਜੀ, ਲੜਨ ਤੋਂ ਬਿਨਾਂ ਇਹਨਾਂ ਨੂੰ ਕੁਛ ਨਹੀਂ ਆਉਂਦਾ।
ਅੱਗ ਚ ਫੂਸ ਪਾਉਣ ਹੀ ਜਾਣਦੀਆਂ ਨੇ ਇਹ। ਨਾਲੇ ਇੱਕ ਗੱਲ ਹੋਰ, ਅੰਬੋ ਨੂੰ ਨਾ ਦੱਸ ਦਿਓ ਵੀ ਮੈਂ ਤੁਹਾਨੂੰ ਸੁਖਪਾਲ ਮਾਸੀ ਦਾ ਸਹੀ ਨੰਬਰ ਦੇ ਕੇ ਗਈ ਆ। ਮੈਂ ਤਾਂ ਇਹ ਗੱਲ ਤੈਨੂੰ ਵੀ ਕਹਿਣਾ ਭਾਈ ਮਨਪ੍ਰੀਤ ਵੀ ਤੇਰੀ ਦਾਦੀ ਕੋਲੇ ਗੱਲ ਹੀ ਨਾ ਕਰੀ ਵੀ ਮੈਂ ਨੰਬਰ ਦਿੱਤਾ ਹੈ। ਪਿੰਡਾ ਛੁਡਾਉਣਾ ਔਖਾ ਹੋ ਜਾਊਗਾ। ਬਸ ਠੀਕ ਹੈ, ਨਾਲੇ ਗੱਲ ਤਾਂ ਮੈਂ ਅੰਬੋ ਨਾਲ ਵੀ ਕਰਨੀ ਹੈ ਇੱਕ, ਉਹ ਵੀ ਬਹੁਤ ਜ਼ਰੂਰੀ, ਉਹ ਮੈਂ ਬਾਅਦ ਚ ਕਰਕੇ ਜਾਊਂ। ਚੱਲ ਕੋਈ ਨੀ, ਜਿਹੜੀ ਇਹ ਜੀ ਗੱਲ ਹੋਈ ਇਹ ਪਾਸੇ ਤੇ ਰੱਖੀ ਭਾਈ, ਇਹ ਗੱਲ ਨਾ ਸਾਂਝੀ ਕਰੀ। ਓਹੋ ਬਾਬਾ ਜੀ, ਮੈਂ ਤਾਂ ਪਾਸੇ ਹੀ ਰੱਖੂ, ਮੜਾ ਤੁਸੀਂ ਪੜਦਾ ਰੱਖਿਓ। ਕੋਈ ਨੀ, ਨਾਲੇ ਅੰਬੋ ਨਾਲ ਨਾ ਬਾਅਦ ਚ ਗੱਲ ਕਰਕੇ ਜਾਊਂ, ਪਹਿਲਾਂ ਮੈਂ ਰਣਦੀਪ ਤੇ ਬਿੰਦਰ ਨੂੰ ਸਾਂਭਲਾਂ, ਉਹਨਾਂ ਦੇ ਗੱਲ ਚ ਪਾਉਣੀ ਆ ਢਾਂਗੀ ਜਾ ਕੇ। ਬਸ ਠੀਕ ਹੈ, ਤੂੰ ਹੁਣ ਭਾਈ ਸਾਡੀ ਗੱਲਬਾਤ ਸਾਂਝੀ ਰੱਖੀ। ਚੰਗਾ ਚੰਗਾ ਬਾਬੇ, ਚੰਗਾ ਚੰਗਾ। ਲੈ ਵੀ ਬਿਕਰ ਸਿਆ, ਆ ਤਾਂ ਹੋ ਗਿਆ ਨਾ ਕੰਮ ਤੇਰਾ ਠੀਕ, ਸੁਖਪਾਲ ਦੀ ਗੱਲ ਲੈ। ਹੁਣ ਮੈਂ ਤਾਂ ਦਿਲ ਤੇ ਲਾਈ ਬੈਠਾ ਵੀ ਫੋਨ ਚੱਕਦੀ ਨੀ ਬੈਰ ਨਾ, ਵਿੱਚੋਂ ਪੰਗਾ ਕੀ ਪਤਾ ਖਬਰਾਂ ਕਿਹੜਾ ਲੱਗੀ ਬੈਠਾ। ਚੱਲ ਆਹ ਕੁੜੀ ਹੁਣ ਕਹੇਗੀ ਵੀ ਮੈਂ ਤੇਰਾ ਪੱਖ ਕਰੂੰ, ਚੱਲ ਇਹ ਤਾਂ ਮੇਰੇ ਪੱਖ ਤੇ ਹੋਈ, ਇੰਨੇ ਹੋਰ ਭਲੀ ਹੋ ਜੂ। ਨੀ ਰਣਦੀਪ, ਲੈ ਦਿਖਦੀ ਹੋ ਨੀ, ਗੇਟ ਖੁੱਲੇ ਪਏ ਆ, ਆ ਇਹ ਬੌਲੀ ਆ ਕੰਮਾਂ ਨੂੰ, ਅੰਦਰ ਹੀ ਪਈ ਹੋਊਗੀ ਟੌਰ ਨਾਲ, ਅੰਦਰ ਹੀ ਜਾਨੀ ਆ। ਨੀ ਰਣਦੀਪ। ਹਾਂ ਭਾਈ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਨਾ ਬਾਈ ਰਣਦੀਪ ਨੀ ਦਿਖਦੀ। ਉਹ ਤਾਂ ਹੈ ਨਹੀਂ ਆ ਭਾਈ, ਉਹ ਤਾਂ ਪਤਾ ਨਹੀਂ ਕਿੱਧਰ ਕੰਮ ਗੰਗਾ ਹੋਊਗਾ, ਉਹ ਮੈਨੂੰ ਕਹਿ ਕੇ ਗਈ ਸੀ ਕਹਿੰਦੀ ਕਬਿੰਦਰ ਕੋਲੇ ਜਾਨੀ ਆ ਮੈਂ। ਤੈਨੂੰ ਕੋਈ ਕੰਮ ਸੀ ਭਾਈ? ਅੱਛਾ, ਬਿੰਦਰ ਕੋਲੇ ਗਈ ਹੋਈ ਐ। ਬਿੰਦਰ ਕੋਲੇ ਕੀ ਕਰਨਾ ਬਾਬੀ ਹੋਵੇ? ਕੀ ਆਖੀ ਜਾਂਦੀ ਭਾਈ? ਉਹ ਕੁਛ ਨੀ ਵੀਰੇ, ਮੈਂ ਤਾਂ ਕੰਮ ਆਈ ਸੀ ਰਣਦੀਪ ਕੋਲੇ। ਕੰਮ ਆ ਜੇ ਕੋਈ ਮੈਨੂੰ ਦੱਸ ਜਾ, ਉਹ ਤਾਂ ਹੁਣ ਐ ਨਹੀਂ ਪਹਿਲਾਂ ਘੰਟੇ ਨੂੰ ਆਉਣੀ ਆ ਕਿ 2 ਘੰਟਿਆਂ ਨੂੰ ਆਉਣੀ ਆ। ਦੱਸਣ ਵਾਲਾ ਤਾਂ ਹੈ ਨਹੀਂ ਸੀ ਵੀਰੇ ਤੁਹਾਡੇ, ਪਰ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ। ਨਾ ਇਹ ਕੀ ਡਾਉਂਦੀਆਂ ਫਿਰਦੀਆਂ ਨੇ ਗੱਲਾਂ ਵੀ ਮੈਂ ਭੱਜ ਗਈ, ਮੈਂ ਭੱਗ ਗਈ, ਮੈਂ ਲੜ ਕੇ ਭੱਗ ਗਈ, ਮੈਂ ਰੋਜ਼ ਹੀ ਭੱਗ ਜਾਨੀ ਆ। ਓਹੋ, ਉਹ ਇਹ ਗੱਲ ਤਾਂ ਭਾਈ ਸਾਰੇ ਪਿੰਡ ਚ ਉੱਡੀ ਪਈ ਆ ਵੀ ਤੂੰ ਰੁਸ ਕੇ ਬਾਗੀ ਦੁਆਰੇ ਫੇਰ। ਉਹ ਬਾਈ ਡਾਉਣ ਵਾਲੀਆਂ ਵੀ ਇਹੀ ਨੇ ਨਾ, ਇਹ ਸਾਡੇ ਘਰੇ ਮੇਰੀ ਸੱਸ ਦਾ ਪਤਾ ਲੈਣ ਗਈਆਂ ਸੀ ਜਾਂ ਸਾਡੇ ਘਰੇ ਅੱਗ ਚ ਫੂਸ ਪਾਉਣ ਗਈਆਂ ਸੀ। ਉਹ ਮੈਨੂੰ ਨੀ ਪਤਾ ਭਾਈ, ਤੇਰੀ ਗੱਲ ਤਾਂ ਸਾਰੇ ਪਿੰਡ ਚ ਉੱਡੀ ਪਈ ਆ। ਨਾਲੇ ਇੱਕ ਗੱਲ ਹੋਰ ਸੁਣ ਲਾ, ਮੈਨੂੰ ਤਾਂ ਚਾਚੇ ਨੇ ਦੱਸਿਆ ਸੀਗਾ ਅੱਗੇ ਅੰਮ੍ਰਿਤਾ ਸਰਪੰਚ ਦੇ ਜਾਂਦਾ ਸੀ ਤਲਾਹ ਦੇਣ, ਅੱਗੇ ਉਹ ਦੁਆਰੇ ਫੇਰ ਉਸ ਕੇ ਉੱਡ ਗਈ। ਅੱਛਾ, ਹਾਂ ਬਾਬਾ ਜੀ ਨੇ ਐ ਕਿਹਾ? ਹਾਂ, ਮੈਨੂੰ ਆਪ ਦੱਸਿਆ। ਇਹ ਸਾਰਾ ਟੱਬਰ ਹੀ ਮੇਰੇ ਪੈਰ ਪਿਆ ਅੰਬੋ ਮੇਰੇ ਘਰੇ ਹੋਰ ਹੀ ਗੱਲਾਂ ਕਰਦੀ ਫਿਰਦੀ ਹੈ, ਬਾਬਾ ਮੇਰੇ ਬਾਰੇ ਪਿੰਡ ਚ ਅਫਵਾਹਾਂ ਉਡਾਉਂਦਾ ਫਿਰਦਾ, ਮੈਂ ਇਹਨਾਂ ਦੇ ਇਹਨਾਂ ਨੇ ਪੜਦੇ ਰੱਖਦੀ ਆ। ਆਹ ਦੇਖ ਲੈ ਵੀਰੇ, ਇਹਨਾਂ ਦੇ ਪੜਦੇ ਰੱਖਣ ਵਾਲਾ ਤਾਂ ਕੋਈ ਨਾ ਬੰਦਾ ਗੋਲਾ ਹੀ ਹੋਊਗਾ। ਆਹ ਦੇਖ ਲੈ ਜਿਹੜੀ ਆਹ ਬਾਬੇ ਦੀ ਸਾਲੀ ਆ, ਆਹ ਸੁਖਪਾਲ ਮਾਸੀ, ਦੇਖ ਲਾ ਇਹਨੂੰ ਸੁਨੇਹੇ ਭੇਜਦੀ ਆ, ਐਡਾ ਫੋਨ ਲੈ ਕੇ ਦੇਤਾ ਇਹਨੂੰ, ਮੇਰੇ ਹੱਥ ਨੰਬਰ ਭੇਜਿਆ, ਕਹਿੰਦੀ ਮੈਨੂੰ ਫੋਨ ਨੀ ਲਾਉਂਦਾ ਹੈਗਾ, ਮੇਰੇ ਨਾਲ ਜਿਉਣ ਜੱਗ ਦੀ ਕੋਈ ਗੱਲ ਨੀ ਕੀਤੀ। ਇਹ ਤਾਂ ਜਿਉਣ ਜਗ੍ਹਾ ਕਰਦਾ ਫਿਰਦਾ ਹੈ ਸੁਖਪਾਲ ਮਾਸੀ ਨਾਲ, ਅੰਬੋ ਨੂੰ ਤਾਂ ਸਿਆਣਦਾ ਨੀ, ਅੰਬੋ ਦੇ ਆਪ ਦੇ ਘਰੇ ਦਾ ਐਡਾ ਬਥੂਰ ਪਿਆ ਵੀ ਉਹ ਤਾਂ ਉਹਨੂੰ ਦਿਖਦਾ ਨੀ, ਲੋਕਾਂ ਦੇ ਘਰੇ ਅੱਗ ਖਣਿਆਉਂਦੀ ਫਿਰਦੀ ਹੈ। ਉਹ ਮੈਂ ਤਾਂ ਸਮਾਧੀ, ਮੈਨੂੰ ਤਾਂ ਅੰਬਰ ਦਾ ਆਪ ਨੀ ਟੱਕਰਿਆ, ਮੈਂ ਤਾਂ ਉਹਨੂੰ ਸਮਾਧੀ ਕਹਿਣਾ ਸੀਗਾ, ਉਹ ਵੀ ਰੋਜ਼ ਰੋਜ਼ ਨੀ ਐਵੇਂ ਪੰਚਾਇਤਾਂ ਸਰਪੰਚਾਂ 'ਚ ਜਾਈਦਾ ਹੁੰਦਾ। ਉਹ ਵੀਰੇ ਮੈਂ ਤਾਂ ਆਪਦੀ ਮਾਂ ਦਾ ਪਤਾ ਲੈਣ ਗਈ ਸੀ, ਮੈਂ ਕਾਹਨੂੰ ਲੜ ਕੇ ਗਈ ਸੀ, ਨਾਲੇ ਲੋਕ ਤਾਂ ਉਈ ਐ ਭਾਲਦੇ ਨੇ ਆਖੇ ਸ਼ਰੀਕ ਉਜੜੇ ਵਿਹੜਾ ਮੋਗਲਾ, ਨਾਲੇ ਰਣਦੀਪ ਨੂੰ ਸਮਝਾ ਲਓ ਸਾਡੇ ਘਰੇ ਜਾ ਕੇ ਬਾਦੀਆਂ ਘਾਟੀਆਂ ਕਰਨ ਦੀ ਲੋੜ ਨੀ। ਅੰਮ੍ਰਿਤ ਨੂੰ ਪਤਾ ਕੀ ਕਹਿੰਦੀ? ਕਹਿੰਦੀ ਉਹ ਤਾਂ ਇਹ ਜੀ ਤੇਜ਼ ਤਰਾਰ ਤੀਵੀਂ ਐ, ਕਹਿੰਦੀ ਤੇਰੇ ਤਾਂ ਵੇਚ ਕੇ ਪਕੌੜੇ ਖਾ ਜੂਗੀ। ਨਾ ਮੈਂ ਕਿ ਉਹਨੂੰ ਵੇਚ ਕੇ ਪਕੌੜੇ ਖਾਊਂਗੀ, ਪਕੌੜੇ ਖਾਵੇ ਰਣਦੀਪ, ਨਾਲੇ ਖਾਣ ਅੰਬੋ ਹੁਣੀ, ਨਾ ਅੰਬੋ ਦਾ ਆਪਦੇ ਘਰੇ ਦਾ ਸਮਝਦਾ ਨੀ ਜਿਹੜੀ ਅੱਗ ਖਿੰਡੀ ਪਈ ਆ, ਦੂਜਿਆਂ ਦੇ ਘਰੇ ਫਿਰਦੀ ਆ ਬਥੂਰ ਪਾਉਂਦੀ। ਉਹ ਤੂੰ ਗਲਤੀ ਤੇਰੇ ਚ ਆਏ, ਗਲਤੀ ਤੇਰੇ ਚ ਆਏ ਆ, ਜਦੋਂ ਤੂੰ ਰੋਜ਼ ਤੀਜੇ ਦਿਨ ਵਗ ਜਾਂਦੀ ਆ, 4 ਦਿਨਾਂ ਬਾਅਦ ਫੇਰ ਆ ਜਾਂਦੀ ਆ, ਜਦ ਤੂੰ ਆਪਦੇ ਇੱਕ ਸਟੈਂਡ ਤੇ ਰਹਿ, ਜਦ ਤਾਂ ਉੱਥੇ ਹੀ ਬਹਿ ਜਾ ਤੇ ਜਾ ਟਿੱਕੇ ਚੁੱਪ ਕਰਕੇ ਇੱਥੇ ਬਹਿ ਜਾ। ਉਹ ਵੀਰੇ ਮੈਂ ਤਾਂ ਆਪਦੇ ਬੰਦੇ ਦੀ ਰਜਾਮੰਦੀ ਨਹੀਂ ਗਈ ਤੇ ਆਪਦੀ ਮਾਂ ਦਾ ਪਤਾ ਲੈਣ। ਅੱਛਾ, ਹੁਣ ਲੋਕਾਂ ਪਿੱਛੇ ਲੱਗ ਕੇ ਲੋਕ ਆਪਦੇ ਮਾਂ ਬਾਪ ਦਾ ਪਤਾ ਲੈਣ ਵੀ ਨਾ ਜਾਵੇ, ਇਹਨਾਂ ਨੂੰ ਆਇਆ ਵੀ ਅੰਦਰ ਵੜ ਕੇ ਬੈਠੀ ਰਵੇ, ਆਪ ਦੁਪਹਿਰੇ ਵੀ ਨਹੀਂ ਟਿਕਦੀਆਂ ਇਹ।
ਉਹ ਪਤਾ ਲੈਣ ਤਾਂ ਨਹੀਂ ਤੈਨੂੰ ਰੋਕਦਾ ਕੋਈ, ਪਤਾ ਲੈਣ ਤਾਂ ਜਾ। ਪਰ ਮੈਂ ਤਾਂ ਉਹਦੇ ਸਰਪੰਚ ਵਾਲੀ ਗੱਲ ਸੁਣ ਕੇ ਹੈਰਾਨ ਮੰਨ ਗਿਆ। ਮੈਂ ਕਿਹਾ ਲੈ ਯਾਰ ਇਹ ਤਾਂ ਬੇਸ਼ਰਮੀ ਵਾਲੀ ਗੱਲ ਆ, ਕੱਲ ਨੂੰ ਆਪ ਨੂੰ ਵੀ ਜਾਣਾ ਪੂਰਾ ਔਲੇ ਚ, ਮੈਂ ਕੀ ਆਖਾਂਗੇ ਉੱਥੇ। ਕੋਈ ਗੱਲ ਨੀ, ਆ ਬਾਬੇ ਦਾ ਨਾ ਮੈਂ ਬਹੋਣੀ ਆ ਗਿੜਦਾ, ਦੱਸ ਕੇ ਅੰਬੋ ਨੂੰ ਮੈਂ ਜਾਊ ਅੰਬੋ ਕੋਲੇ, ਨਾਲੇ ਰਣਦੀਪ ਨਾਲ ਨਾ ਮੈਂ ਚੰਗੀ ਤਰ੍ਹਾਂ ਗੱਲ ਕਰਕੇ ਜਾਊ, ਸਾਡੇ ਘਰੇ ਬਣਨ ਦੀ ਲੋੜ ਨੀ ਹੈਗੀ, ਸਾਡੇ ਘਰੇ ਇਹੋ ਜਿਹੀ ਅੱਗ ਪਾਉਣੀ ਆ। ਚੱਲ ਕੋਈ ਗੱਲ ਨੀ, ਮੈਂ ਕਹਿ ਦੂੰਗਾ ਆ ਜਾਣ ਦੇ। ਇੱਕ ਮੈਂ ਬੁੜਕਦੀ ਫਿਰਦੀ ਆ, ਲੈ ਆ ਮੈਂ ਤਾਂ ਕੈਂਪਰ ਵੀ ਭਰਤਾ, ਬਾਲਾ ਭਰਿਆ ਚੱਕਿਆ ਨੀ ਜਾਂਦਾ। ਉਹ ਮੈਂ ਮੇਰੀ ਗੱਲ ਸੁਣਾ, ਮੈਂ ਤਾਂ ਕੰਮ ਜਾ ਕੇ ਆਉਣਾਗਾ। ਆਹੋ ਮੈਨੂੰ ਕੈਂਪਰ ਦਾ ਧਰ ਦਾਂਦੇ ਫਿਰ ਚੱਕ ਕੇ, ਆ ਫੜ ਆ ਪਿਆਗਾ ਪਾਣੀ ਪੀ ਲਈ ਜੇ ਲੋੜ ਹੋਈ, ਫਰਿੱਜ ਨਾ ਵਾਰੀ ਵਾਰੀ ਖੋਲੀ, ਦੁੱਧ ਖਰਾਬ ਹੋ ਗਿਆ ਸੀ ਕੱਲ। ਓਏ ਆਪਦਾ ਜਿੰਦਾ ਕੁੰਡਾ ਲਾ ਜੀ, ਮੈਨੂੰ ਤਾਂ ਟਾਈਮ ਲੱਗੂ ਉੱਥੇ। ਨਾ ਤੂੰ ਕਿੱਧਰ ਜਾਣਾ ਹੁਣ, ਮੈਨੂੰ ਤਾਂ ਪਹਿਲਾਂ ਜ਼ਰੂਰੀ ਕੰਮ ਆ। ਮੈਨੂੰ ਵੀ ਜ਼ਰੂਰੀ ਕੰਮ ਹੋ ਸਕਦਾ ਹੈ, ਇਹਦਾ ਨਹੀਂ ਮਤਲਬ ਵੀ ਤੈਨੂੰ ਆ ਇਕੱਲੀ ਨੂੰ। ਤੈਨੂੰ ਕੀ ਜ਼ਰੂਰੀ ਕੰਮ ਪੈ ਗਿਆ? ਉਹ ਮੈਨੂੰ ਤਾਂ ਉੱਥੇ ਬਾਹਲਾ ਜ਼ਰੂਰੀ ਕੰਮ ਆ, ਇੱਕ ਤਾਂ ਉਹ ਭਈਏ ਆਈ ਸੀ ਝੋਨਾ ਲਾਉਣ ਵਾਲੇ ਜਿਹੜੇ, ਹਾਂ ਉਹਨਾਂ ਦੇ ਪੈਸੇ ਦੇਣੇ ਆ, ਹਿਸਾਬ ਕਿਤਾਬ ਕਰਦੇ ਆ ਉਹਨਾਂ ਦਾ। ਅੱਛਾ ਆੜਤੀਆਂ ਕੋਲੇ ਜਾਣਾ? ਨਾ ਮੈਂ 500 ਰੁਪਇਆ ਮੰਗਿਆ ਸੀ ਬਾਬੇ ਕੋਲੇ ਜਾਣ ਨੂੰ, ਮੈਨੂੰ ਤਾਂ ਦਿੱਤਾ ਨਹੀਂ। ਓਏ ਆੜਤੀਆਂ ਕੋਲੇ ਤਾਂ ਜਾਊਂਗਾ ਹਜੇ, ਪਹਿਲਾਂ ਉਹਨਾਂ ਨੂੰ ਪੁੱਛਣਾ ਵੀ ਕਿੰਨੇ ਕ ਪੈਸੇ ਬਣ ਗਏ ਤੁਹਾਡੇ। ਅੱਛਾ ਉਹ ਫਿਰ ਮੈਨੂੰ ਐ ਜ਼ਰੂਰੀ ਕੰਮ ਸੀ, ਉਹ ਮੈਂ ਕਿਹਾ ਅੰਬਰ ਧਿਆਲੀ ਆਈ ਆ ਉਹ ਮਨਪ੍ਰੀਤ ਜੀ, ਉਹਦਾ ਪਤਾ ਸੁਤਾ ਲਿਆ ਆਈ ਆ, ਮੈਂ ਕਿਹਾ ਕੀ ਗੱਲ ਬਾਤ ਆ, ਕਿਤੇ ਚਾਚੀ ਨਾਲ ਲੜ ਪਈ ਕਿ ਨਾ ਲੜੀਏ। ਉਹ ਕੱਲ ਆਈ ਸੀ ਮੇਰੇ ਕੋਲੇ ਉਹ, ਮੈਂ ਤਾਂ ਤੈਨੂੰ ਦੱਸਣੋਂ ਭੁੱਲ ਗਿਆ। ਬੂ ਤੇਰੇ ਕੋਲੇ ਕਿਹੜੇ ਵੇਲੇ ਆ ਗਈ ਵੇ ਉਹ ਕੱਲ? ਜਦੋਂ ਤੂੰ ਤੇ ਬਿੰਦਰ ਗੰਗਾ ਹੋਈਆਂ ਸੀ ਉਦੋਂ ਆਈ ਸੀ। ਅੱਛਾ ਪਿੱਛੇ ਟਕਾ ਕੇ ਆਉਂਦੀ ਆ, ਜੇ ਮਾੜਾ ਮੋਟਾ ਦਮ ਆ ਉਹ ਚ ਮੇਰੇ ਸਾਹਮਣੇ ਆਵੇ, ਤੇਰੇ ਕੋਲੇ ਕੀ ਲੈਣ ਆਈ ਸੀ ਉਹ ਹੁਣ ਲਾਵਾ ਲੂਤਰੀ? ਉਹ ਤਾਂ ਕਹਿੰਦੀ ਕਹਿੰਦੀ ਮੈਨੂੰ ਐਂ ਦੱਸ ਵੀ ਰਣਦੀਪ ਤੇ ਬਿੰਦਰ ਕਿੱਥੇ ਆ, ਕਹਿੰਦੀ ਮੈਂ ਪੱਟਾ ਉਹਨਾਂ ਦੀ ਗੁੱਤਨੀ। ਕਿਆ ਤੈਨੂੰ ਅੰਗੂਠਾ ਲਾ ਕੇ ਜਾਇਆ ਕਰਨ, ਰਣਦੀਪ ਤੇ ਬਿੰਦਰ ਵੀ ਕਿੱਧਰ ਗਏ? ਹਾਂ ਕਹਿੰਦੀ ਇੱਕ ਸਾਡੇ ਘਰੇ ਉਂਗਲਾ ਲਾ ਕੇ ਆਈਆਂ, ਉਹ ਕੀ ਕੁਛ ਕਹਿ ਕੇ ਆਈਆਂ, ਸਾਡੇ ਫੋਨ 'ਚ ਰਿਕਾਰਡਿੰਗ ਆ ਉਹਨਾਂ ਦੀ। ਅੱਛਾ ਐਡਾ ਕੰਮ ਵੱਧ ਗਿਆ। ਹਾਂ ਨਾ ਫੋਨ ਤੇ ਤੋਂ ਨਾ ਗੁੱਸਾ ਰਿਹਾ ਜਦੋਂ, ਹਾਂ ਕਹਿੰਦੀ ਸੀ ਫੋਨ 'ਚ ਰਿਕਾਰਡਿੰਗ ਆ ਜਾ ਲੁੱਤੀਆਂ ਲਾ ਕੇ ਆਈਆਂ। ਨਾ ਅਸੀਂ ਉਹਦੇ ਕੀ ਲੁੱਤਾਂ ਲਾਤੀਆਂ, ਜੇ ਉਹ ਚੱਜ ਦੀ ਹੁੰਦੀ ਆਪ ਹੀ ਘਰੇ ਖੜਦੀ, ਕਿਉਂ ਗਈ ਸੀ ਆਪਦੇ ਪੇਕੀ ਝੋਲਾ ਚੱਕ ਕੇ? ਓਏ ਉਹ ਤਾਂ ਕਹਿੰਦੀ ਮੈਂ ਤਾਂ ਗਈ ਨਹੀਂ, ਕਹਿੰਦੀ ਕਹਿੰਦੀ ਮੈਂ ਤਾਂ ਪਤਾ ਲੈਣ ਗਈ ਸੀ ਆਪਦੀ ਮਾਂ ਦਾ। ਹਾਂ ਗਈ ਕਿਉਂ ਨਹੀਂ, ਚਾਚੀ ਨੂੰ ਤਾਂ ਟੋਬੇ ਤੇ ਟੱਕਰੀ ਆਉਂਦੀ ਬੈਗ ਭਰਿਆ ਹੋਇਆ ਕੱਪੜਿਆਂ ਦਾ। ਉਹ ਚਾਚੀ ਨੂੰ ਟੱਕਰੀ ਹੂ, ਕਹਿੰਦੀ ਮੈਂ ਤਾਂ ਪਤਾ ਲੈਣ ਗਈ ਸੀ ਬਈ ਆਪਦੀ ਮਾਂ ਦਾ, ਕਹਿੰਦੀ ਤੇ ਉਹ ਕਹਿੰਦੀ ਸਾਡੇ ਘਰੇ ਐ ਕਰਕੇ ਆਈਆਂ, ਉਹਦਾ ਪੱਗੀ ਫਿਰਦੀ ਸੀ ਪੂਰੀ। ਇਹਦਾ ਮਤਲਬ ਅੰਬਰ ਤੇ ਮਨਪ੍ਰੀਤ ਦੀ ਇੱਕ ਗੱਲ ਆ ਫਿਰ? ਉਹ ਮੈਨੂੰ ਨਹੀਂ ਪਤਾ ਵੀ ਇੱਕ ਗੱਲ ਆ ਕਿ ਦੋ ਗੱਲਾਂ। ਮੈਂ ਤਾਂ ਉਹਨੂੰ ਆਖਿਆ ਸੀ ਮਹਾਂ ਤੇਰੇ ਤਾਂ ਸਾਰੇ ਪਿੰਡ ਚ ਉਡੂ ਉਡੂ ਹੋਈ ਪਈ ਆ ਵੀ ਮਨਪ੍ਰੀਤ ਤਾਂ ਦੁਬਾਰੇ ਫੇਰ ਉਸ ਕੇ ਵਾਗੀ। ਉਹ ਕਹਿੰਦੀ ਕਿ ਤੁਸੀਂ ਮੇਰੀ ਗੱਲ ਬਣਾਈ ਜਾਂਦੇ। ਮੈਂ ਤਾਂ ਆਖਿਆ ਭਾਈ ਅੰਬਰ ਤਾਂ ਸਰਪੰਚ ਦੇ ਤਲਾਹ ਦੇ ਕੇ ਆਇਆ ਸੀ, ਮੈਂ ਤਾਂ ਉਹਨੂੰ ਕਹਿਤਾ। ਅੱਛਾ ਨਾ ਫਿਰ ਤੇਰੇ ਕੋਲੇ ਕੀ ਕਹਿੰਦੀ ਸੀ ਉਹ? ਮੇਰੇ ਕੋਲ ਤਾਂ ਹਾਂ ਕਹਿਣੀ ਸੀ, ਕਹਿੰਦੀ ਹੁਣ ਦੱਸ ਕਿੱਥੇ ਆ, ਮੈਂ ਉਹਨਾਂ ਨਾਲ ਗੱਲ ਕਰਨੀ ਆ। ਅੱਛਾ ਅੱਛਾ ਨਾ ਤੂੰ ਆਪਦੇ ਘਰ ਵਾਲੀ ਬਾਰੇ ਇੰਨਾ ਕੁਛ ਕਹਾ ਲਿਆ, ਤੋ ਨਾ ਤੈਥੋਂ ਨਹੀਂ ਸਰਿਆ ਕੁਛ, ਮਾਰਦਾ ਨਾ ਸਿਰ ਚ ਚੱਕ ਕੇ ਕੁਛ ਉਹਦੇ। ਉਹ ਮੈਨੂੰ ਕੀ ਲੋੜ ਆ ਮਾਰਨ ਦੀ, ਜੇ ਮੈਂ ਮਾਰਦਾ ਉਹਦੇ ਸਿਰ ਤੇ ਤਾਂ ਮੈਨੂੰ ਪੁਲਿਸ ਚ ਫਸਾ ਦਿੰਦੀ, ਮੁੜ ਕੇ ਖੜਾ ਖੜਾ ਦਾ ਔਖਾ ਹੋ ਜਾਂਦਾ। ਫਿਰ ਅੱਛਾ ਉਹਦੇ ਬਾਰੇ ਮੇਰੇ ਬਾਰੇ ਇੰਨਾ ਬੁਲਾ ਲਿਆ ਤੋ, ਹੈ ਤੈਥੋਂ ਕੁਛ ਸਰਿਆ ਨਾ। ਉਹ ਤੁਸੀਂ ਜਦੋਂ ਹਟ ਜਾਓ, ਤੁਹਾਨੂੰ ਆਖਿਆ ਵੀ ਨਾ ਜਾਓ ਉਹਦੇ ਘਰੇ। ਹੜਨ ਨੂੰ ਅਸੀਂ ਕੀ ਕਰਤਾ ਉਹਨਾਂ ਦੇ ਘਰੇ, ਅਸੀਂ ਤਾਂ ਉਹਦੀ ਸੱਸ ਦਾ ਪਤਾ ਲੈਣ ਗਏ ਸੀਗੇ। ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੁਣ ਅਸੀਂ ਨਾਮ ਬੋਲਣ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰੇ ਨੇ। ਹਰਮੀਤ ਕੌਰ, ਗੀਤਾ ਰਾਣੀ ਲੁਧਿਆਣਾ ਤੋਂ ਜੀ, ਮਾਨ ਬੋਇਜ਼, ਪਰਵੀਜ ਸ਼ਾਹ ਪਾਕਿਸਤਾਨ ਤੋਂ, ਭੋਲਾ ਬਰਾੜ ਚੋਟੀਆਂ ਵਾਲਾ, ਜਸਵੀਰ ਕੌਰ ਮਲੇਸ਼ੀਆ ਤੋਂ, ਗੁਰਮੇਲ ਖੰਗੂਰਾ, ਸਿਮਰ ਬਾਬਾ ਜੀ, ਅਵਤਾਰ ਸਿੰਘ ਸ਼ਾਨੇਵਾਲ ਤੋਂ, ਸ਼ਾਨ ਮਿਰਜ਼ਾ ਪਾਕਿਸਤਾਨ ਤੋਂ ਜੀ, ਮਕਿੰਦਰ ਕੌਰ,
ਕੈਰੀ ਲੰਗੋਵਾਲ, ਜਸਵਿੰਦਰ ਸਿੰਘ, ਦਿਲਪ੍ਰੀਤ ਕੌਰ, ਰਜਿੰਦਰ ਕੌਰ ਰੇਤਗੜ, ਜਗਦੀਸ਼ ਸਿੰਘ ਕਰਨਵਾਲ, ਕਲਵੰਤ ਕੌਰ USA ਤੋਂ ਜੀ, ਜੀਤ ਕੌਰ ਧਵਾਨ ਬਠਿੰਡਾ ਤੋਂ, ਨਿਰਮਲ ਸਿੰਘ, ਅਰਮਾਨ ਸਿੱਧੂ, ਗੁਰਦੀਪ ਸਿੰਘ ਦਿਓਣ ਨਾਮਸੋਤ ਦੀਪਾ, ਰਾਜਦੀਪ ਗਿੱਲ ਜਲੰਧਰ ਤੋਂ ਜੀ, ਹਰਜਿੰਦਰ ਪੁਰਬਾ, ਈਤ ਸਿੰਘ, ਹਰਜੀਤ ਸਿੰਘ, ਹਰਭਜਨ ਕੌਰ ਪੰਚਕੁਲਾ ਤੋਂ, ਬਨੀਤ ਗੁਪਤਾ, ਮਨਵਿੰਦਰ ਗਿੱਲ ਕਨੇਡਾ ਤੋਂ ਜੀ, ਹਰਪਾਲ ਸਿੰਘ ਸਿੰਘ, ਜਸਦੀਪ ਸਿੱਧੂ, ਅਮਰ ਸਿੰਘ ਪਟਿਆਲਾ ਤੋਂ, ਦਲਜੀਤ ਪੰਧੇਰ USA ਤੋਂ, ਦਲਜੀਤ ਕੌਰ ਸੈਣਾ USA ਤੋਂ, ਕੁਲਦੀਪ ਖੰਗੂਰਾ ਕਨੇਡਾ ਤੋਂ ਜੀ, ਰਣਜੀਤ ਕੌਰ, ਕੁਲਵਿੰਦਰ ਕੌਰ, ਬਲਵੰਤ ਸਿੰਘ, ਪਤਵੰਤ ਸਿੰਘ, ਜਸਵੀਰ। ਹਾਂਜੀ, ਇਹ ਸਨ ਜਿਨ੍ਹਾਂ ਨੇ ਸਾਨੂੰ ਵੀਡੀਓ ਤੇ ਵਧੀਆ ਵਧੀਆ ਕਮੈਂਟ ਕੀਤੇ ਆ ਜੀ। ਇਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ। ਹਾਂਜੀ, ਹੁਣ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਸਿੱਧੂ ਪੰਜਾਬ TV ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, ਜਿਹੜੇ ਆਪਣੇ ਵੀਡੀਓ 'ਚ ਨਾਮ ਬੁਲਵਾਉਣਾ ਚਾਹੁੰਦੇ ਹਨ, ਉਹ ਆਪਣਾ ਪਿੰਡ ਅਤੇ ਜਾਂ ਪਿੰਡ ਤੋਂ ਨੇ ਜਾਂ ਸ਼ਹਿਰ ਤੋਂ ਨੇ, ਆਪਦਾ ਨਾਮ ਪਿੰਡ ਦਾ ਤੇ ਸ਼ਹਿਰ ਦਾ ਜ਼ਰੂਰ ਲਿਖਿਆ ਕਰੋ ਜੀ, ਨਾਲੇ ਆਪਦਾ ਨਾਮ ਤੇ ਅਸੀਂ ਉਹਨਾਂ ਦੇ ਨਾਮ ਜ਼ਰੂਰ ਬੋਲਿਆ ਕਰਾਂਗੇ। ਨਾਲੇ ਸਾਡਾ ਇੰਸਟਾਗ੍ਰਾਮ ਤੇ ਪੇਜ ਆ ਜੀ ਸਿੱਧੂ ਪੰਜਾਬ TV, ਉਹਨੂੰ ਵੀ ਫੋਲੋ ਕਰੋ ਜੀ ਜਾ ਕੇ, ਤੇ ਬਹੁਤ ਵਧੀਆ ਰੀਲਾਂ ਹੁੰਦੀਆਂ ਨੇ ਉਹ ਦੇਖੋ ਜ਼ਰੂਰ। ਧੰਨਵਾਦ ਜੀ ਸਾਰਿਆਂ ਦਾ।